ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਹੁੰਚੇ ਹਾਂ ਜੀ ਇੰਟਰਨੈਸ਼ਨਲ ਪੰਥਕ ਦਲ ਦੇ ਲੰਗਰ ਦੇ। ਬਾਬਾ ਸਤਨਾਮ ਸਿੰਘ ਜੀ ਬਲਿੰਗ ਜੀ ਤੇ ਬਾਬਾ ਸੱਜਣ ਸਿੰਘ ਜੀ ਤਰਨ ਤਾਰਨ ਸਲਾਹਕਾਰ ਇੰਟਰਨੈਸ਼ਨਲ ਪੰਥਕ ਦਲ ਸਾਡੇ ਫਲੇਮਪੁਰ ਸੰਤਾਂ ਦੀ ਸੰਗਤ ਤੇ NRI ਵੀਰਾਂ ਵੱਲੋਂ ਜੋ ਇੱਥੇ ਲੰਗਰ ਚੱਲ ਰਿਹਾ ਉਹਦੇ ਵਿੱਚੋਂ ਅਸੀਂ ਥੋੜਾ ਜਿਹਾ ਇਹਨਾਂ ਨੂੰ ਸੇਵਾ ਦੇ ਰਹੇ ਹਾਂ ਜੀ। ਇਸ ਸੇਵਾ ਵਿੱਚ ਜਿਨ੍ਹਾਂ ਵੀ ਵੀਰਾਂ ਨੇ ਸੇਵਾ ਦਿੱਤੀ ਉਹਨਾਂ ਦੀ ਸੇਵਾ ਸਫਲ ਹੋਵੇ। ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਗੁਰੂਆਂ ਦੀ ਨਿਵਾਜੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਲਬਰਟ ਆਇਨਸਟਾਈਨ ਨੇ ਕਿਹਾ ਸੀ ਆਜ਼ਾਦੀ ਕਿਸੇ ਵੀ ਸਥਿਤੀ ਵਿੱਚ ਇਸ ਦੇ ਲਈ ਨਿਰੰਤਰ ਸੰਘਰਸ਼ ਕਰਨ ਨਾਲ ਹੀ ਸੰਭਵ ਆ। ਆਹ ਜਿਹੜੀ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਆ ਇਹਨੂੰ ਜਗਾਉਣ ਲਈ ਸਾਨੂੰ ਨਗਾਰੇ ਵਜਾਉਣੇ ਪੈਣਗੇ ਤਾਂ ਕਿ ਇਸ ਜੇ ਸਰਕਾਰ ਜਾਗ ਸਕੇ। ਚੀਨ ਜਿਹੜਾ ਕਿ ਸਾਡੀਆਂ ਸਰਹੱਦਾਂ ਦੇ ਅੰਦਰ ਆ ਚੁੱਕਾ ਆ ਆ ਕੇ ਬੈਠਾ ਆ ਉਹ ਇਸ ਸਰਕਾਰ ਨੂੰ ਦਿਖਾਈ ਨਹੀਂ ਦਿੰਦਾ ਤੇ ਸਾਡੇ ਜਿਹੜੇ ਤੇ ਦਿੱਲੀ ਦੇ ਵਿੱਚ ਸਾਡੇ ਜਿਹੜੇ ਕਿਸਾਨ ਵੀਰ ਸਰਹੱਦਾਂ ਤੇ ਬੈਠੇ ਆ ਉਹਦੇ ਲਈ ਇਹਨਾਂ ਨੇ ਕੰਡਿਆਲੀਆਂ ਤਾਰਾਂ ਕੰਕਰੀਟ ਦੇ ਬੈਰੀਗੇਟ ਸੂਏ ਲਗਾਏ ਹੋਏ ਨੇ। ਸਾਡੀ ਸਰਕਾਰ ਸਾਡਾ ਕਸੂਰ ਕੀ ਆ? ਅਸੀਂ ਗਲਤ ਕੀ ਕੀਤਾ? ਅਸੀਂ ਆਪਣੇ ਹੱਕ ਮੰਗ ਰਹੇ ਹਾਂ ਜੋ ਸਾਨੂੰ ਮਿਲਣੇ ਚਾਹੀਦੇ ਆ ਉਹ ਸਾਡਾ ਅਧਿਕਾਰ ਆ ਤੇ ਅਸੀਂ ਹਰ ਹਾਲਤ ਵਿੱਚ ਲੈ ਕੇ ਰਹਾਂਗੇ। ਅਸੀਂ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਿਸ਼ਾਂ ਚਾਹੁੰਦੇ ਸੀ ਉਹਨਾਂ ਉਸ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਹਿਸਾਬ ਨਾਲ ਜੋ ਵੀ ਕਣਕ ਦੇ ਝੋਨੇ ਦਾ ਮੁੱਲ ਆ 500 ਤੋਂ 600 ਰੁਪਈਆ ਵਧਣਾ ਚਾਹੀਦਾ ਬਟ ਇਸ ਸਰਕਾਰ ਨੇ ਜਿਹੜੀ MSP ਚੱਲ ਰਹੀ ਆ ਉਹਨੂੰ ਵੀ ਖਤਮ ਕਰ ਰਹੀ ਆ। ਇਹ ਸਾਨੂੰ ਫਸਲਾਂ ਦਾ ਰੇਟ ਦੇਣ ਤੋਂ ਭੱਜ ਰਹੀ ਆ। ਇਹ ਜਿਹੜੇ ਕਾਲੇ ਕਾਨੂੰਨ ਆ ਅਸੀਂ ਦੇ ਭਵਿੱਖ ਨੂੰ ਬਚਾਉਣ ਲਈ ਇਸ ਅੰਦੋਲਨ ਦੇ ਵਿੱਚ ਸ਼ਾਮਿਲ ਹੋਵੇ। ਸਾਡੀ ਖਾਲਸਾ ਏਡ ਜੋ ਜਿੱਥੇ ਵੀ ਪ੍ਰਾਕਿਰਤਿਕ ਆਪਦਾ ਆਉਂਦੀ ਆ ਸਭ ਤੋਂ ਪਹਿਲਾਂ ਪਹੁੰਚਦੀ ਆ। ਜਿੱਥੇ ਸਰਕਾਰਾਂ ਨਹੀਂ ਪਹੁੰਚਦੀਆਂ ਉੱਥੇ ਇਹ ਪਹੁੰਚਦੀ ਆ। ਇਸ ਟਾਈਮ ਹਰਿਆਣਾ ਰਾਜਸਥਾਨ ਕਰਨਾਟਕ ਦੇ ਨਾਲ ਹੁਣ ਮੈਂ ਆਪਣੇ ਸੂਬੇ ਪੰਜਾਬ ਦੀ ਪਹਿਚਾਣ ਆ। ਮੈਂ ਪੰਜਾਬ ਸਿੰਘ ਆ ਅਜੇ ਵੀ ਜਵਾਨ ਆ। ਇੰਨਾ ਹੀ ਕਰਿੰਦਾ ਹੋਇਆ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦੀ ਆ। ਰਾਕੇਸ਼ ਟਕੈਤ ਜੀ ਨੇ ਜੋ 27 ਤਰੀਕ ਨੂੰ ਕੀਤਾ ਜਿਹੜੇ ਉਹਨਾਂ ਦੇ ਅੱਖਾਂ ਤੋਂ ਹੰਝੂ ਨਿਕਲੇ ਉਸਨੇ ਇਸ ਅੰਦੋਲਨ ਨੂੰ ਬਦਲ ਕੇ ਰੱਖ ਦਿੱਤਾ। 27 ਤਰੀਕ ਨੂੰ ਸਰਕਾਰ 26 ਤਰੀਕ ਤੋਂ ਬਾਅਦ ਸਰਕਾਰ ਨੂੰ ਇਹ ਲੱਗਦਾ ਸੀ ਕਿ ਇਹ ਅੰਦੋਲਨ ਖਤਮ ਹੋ ਜਾਊਗਾ ਪਰ ਇਹ ਅੰਦੋਲਨ ਅੱਗੇ ਤੋਂ ਵੀ ਜ਼ਿਆਦਾ ਵੱਡਾ ਹੋ ਗਿਆ ਵੱਧ ਰਿਹਾ। ਇੰਨਾ ਹੀ ਕਹਿੰਦਾ ਹੋਇਆ ਮੈਂ ਤੁਹਾਡੇ ਸਭ ਤੋਂ ਛੁੱਟੀ ਦਾਂਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।